ਫਤਿਹਗੜ੍ਹ ਚੂੜੀਆਂ ਨਜ਼ਦੀਕ ਪਿੰਡ ਲਾਲੇ ਨੰਗਲ ਵਿਖੇ ਬਾਬਾ ਹਰਜੀਤ ਸਿੰਘ ਲਾਲੇ ਨੰਗਲ ਅਤੇ ਉਹਨਾਂ ਦੇ ਬੇਟੇ ਭਾਈ ਯੋਗਰਾਜ ਸਿੰਘ ਵੱਲੋਂ ਧਾਰਮਿਕ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ, ਐਡਵੋਕੇਟ ਹਰਪਾਲ ਸਿੰਘ ਖਾਰਾ, ਭਾਈ ਸੁਖਵਿੰਦਰ ਸਿੰਘ ਆਗਵਾਨ ਸਮੇਤ ਵੱਡੀ ਗਿਣਤੀ ਵਿੱਚ ਧਾਰਮਿਕ ਸ਼ਖਸੀਅਤਾਂ ਪਹੁੰਚੀਆਂ, ਜਿਨ੍ਹਾਂ ਵੱਲੋਂ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਸਿੱਖ ਸੰਗਤ ਅਤੇ ਸਿੱਖ ਜਥੇਬੰਦੀਆਂ ਨੂੰ ਇੱਕਮੁੱਠ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਅਤੇ ਹੋਰਨਾਂ ਸ਼ਖਸੀਅਤਾਂ ਨੇ ਕਿਹਾ ਕਿ ਪਿੰਡ ਲਾਲੇ ਨੰਗਲ ਤੋਂ ਉਹਨਾਂ ਦੀ ਰਾਜਨੀਤਿਕ ਪਾਰਟੀ ਬਣਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਜਲਦੀ ਹੀ ਐਲਾਨ ਵੀ ਕਰ ਦਿੱਤਾ ਜਾਵੇਗਾ। ਉਹਨਾਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਹਨਾਂ ਦੀ ਪਾਰਟੀ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਵੱਧ ਚੜ ਕੇ ਹਿੱਸਾ ਲਿਆ ਜਾਵੇਗਾ। ਇਹ ਜੋ ਬੰਦੀ ਸਿੰਘ ਛੋੜ ਦਿਹਾੜਾ ਆ ਰਿਹਾ, ਜੋ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਗਵਾਲੀਅਰ ਕਿਲ੍ਹੇ 'ਚੋਂ 52 ਰਾਜਿਆਂ ਨੂੰ ਰਿਹਾਅ ਕਰਵਾਇਆ ਸੀ, ਉਹ ਦਿਹਾੜਾ ਮਨਾ ਰਹੇ ਹਾਂ ਅਤੇ ਗੁਰੂ ਚਰਨਾਂ 'ਚ ਅਰਦਾਸ ਕਰ ਰਹੇ ਹਾਂ ਕਿ ਜਿਹੜੇ ਸਾਡੇ ਬੰਦੀ ਸਿੰਘ ਆ ਬਹੁਤ ਲੰਮੇ ਸਮੇਂ ਤੋਂ ਆਪਣੇ ਸਜ਼ਾਵਾਂ ਤੋਂ ਵੀ ਡਬਲ ਸਜ਼ਾਵਾਂ ਭੁਗਤ ਚੁੱਕੇ ਆ, ਉਹਨਾਂ ਦੀ ਰਿਹਾਈ ਵਾਸਤੇ ਵੀ ਉਹਨਾਂ ਦੇ ਚਰਨਾਂ 'ਚ ਅਰਦਾਸ ਕੀਤੀ ਗਈ। ਭਾਈ ਸਾਹਿਬ, ਅਕਾਲੀ ਦਲ ਵੱਲੋਂ ਜ਼ਿਮਨੀ ਚੋਣਾਂ ਦਾ ਬਾਈਕਾਟ ਕੀਤਾ ਗਿਆ, ਕੀ ਕਹਿੰਦੇ? ਇਹ ਬਹੁਤ ਵੈਸੇ ਇੱਕ ਸਾਡੇ ਏਰੀਆ ਇਲਾਕੇ ਲਈ ਜਾਂ ਇਹ ਚੀਜ਼ ਇੱਕ ਬਹੁਤ ਮੰਦਭਾਗੀ ਖਬਰ ਆ ਪੰਜਾਬ ਲਈ ਕਿ ਜੋ 100 ਕੁਛ ਸਾਲ ਪਹਿਲਾਂ ਅਸੀਂ ਇਹ ਸਾਡੀ ਰਾਜਨੀਤਿਕ ਪਾਰਟੀ ਸੀ, ਸਾਡੇ ਧਾਰਮਿਕ ਮਸਲਿਆਂ ਨੂੰ ਦੇਖਦੀ, ਸਾਡੀ ਰਾਜਨੀਤਿਕ ਚੀਜ਼ਾਂ ਨੂੰ ਦੇਖਦੀ ਸੀ, ਉਹ ਪਿਛਲੇ ਕਾਫੀ ਸਮੇਂ ਤੋਂ ਇੱਕ ਪਰਿਵਾਰ ਦੇ ਗਲਬੇ 'ਚ ਸੀ, ਉਹਨੇ ਉਹਨੂੰ ਖਤਮ ਕਰ ਦਿੱਤਾ। ਅੱਜ ਇੱਕ ਹਾਲਾਤ ਹੋ ਗਏ ਕਿ 4 ਜ਼ਿਮਨੀ ਚੋਣਾਂ ਤੋਂ ਵੀ ਉਹ ਲੜਨ ਤੋਂ ਭੱਜ ਰਹੇ, ਇਹਦਾ ਮਤਲਬ ਹੈ ਕਿ ਉਹਦਾ ਉਹਨਾਂ ਨੇ ਭੋਗ ਪਾ ਦਿੱਤਾ। ਇਸ ਕਰਕੇ ਅਸੀਂ ਸਮੂਹ ਸੰਗਤਾਂ ਦੇ ਚਰਨਾਂ 'ਚ ਸਮੂਹ ਸੰਗਤਾਂ ਦੇ ਨਾਲ ਲੈ ਕੇ ਅਸੀਂ ਇਹ ਚਾਹ ਰਹੇ ਹਾਂ ਕਿ ਆਪਾਂ ਨੂੰ ਜਿਹੜੀ ਇੱਕ ਅਕਾਲੀ ਦਲ ਜੋ ਖੇਤਰੀ ਧਿਰ ਸਾਡੀ, ਉਹ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ਕਿ ਪੰਜਾਬ ਦੇ ਹੱਕਾਂ ਹਕੂਕਾਂ ਲਈ, ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਜਾਂ ਉਹਨਾਂ ਦੇ ਮਸਲਿਆਂ ਦੀ ਜੇ ਅਸੀਂ ਕੋਈ ਆਵਾਜ਼ ਉਠਾਉਣੀ ਤਾਂ ਸਾਡੀ ਖੇਤਰੀ ਧਿਰ ਹੋਣੀ ਜ਼ਰੂਰੀ ਆ। ਉਹਦੇ ਵਾਸਤੇ ਅਸੀਂ ਸਾਰਿਆਂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਸਾਰਿਆਂ ਦੀ ਸਹਿਯੋਗ ਮੰਗਦੇ ਹਾਂ ਕਿ ਆਪਾਂ ਸਾਰੇ ਰਲ ਮਿਲ ਕੇ ਆਪਣੇ ਇੱਕ ਪੰਜਾਬ ਦੀ ਇੱਕ ਇਹੋ ਜਿਹੀ, ਜਿੱਦਾਂ ਅਕਾਲੀ ਦਲ ਨੇ ਪੁਰਾਣੇ ਇਤਿਹਾਸ ਲੜਾਈਆਂ ਲੜੀਆਂ ਕੌਮ ਲਈ ਆਪਣੇ ਇਹ ਖਿੱਤੇ ਲਈ, ਉਹ ਉਦਾਂ ਦੀ ਅਸੀਂ ਪਾਰਟੀ ਸਥਾਪਿਤ ਕਰੀਏ ਅਤੇ ਸਾਰੇ ਜਣੇ ਰਲ ਮਿਲ ਕੇ ਸਹਿਯੋਗ ਦਈਏ ਅਤੇ ਆਪਣੇ ਜੋ ਸਾਡੇ ਮਸਲੇ ਪੈਣੇ ਹੈਗਾ ਜਿੱਥੇ ਸਾਡਾ ਇਨਸਾਫ ਨਹੀਂ ਮਿਲਿਆ ਉਹਦੇ ਵਾਸਤੇ ਆਪਾਂ ਸੰਘਰਸ਼ ਕਰੀਏ। ਇਹ ਜੀ ਸਾਡਾ ਤਾਂ ਧਰਮ ਅਤੇ ਰਾਜਨੀਤੀ ਦੋਵੇਂ ਇਕੱਠੇ ਆ। ਗੁਰੂ ਮਹਾਰਾਜ ਨੇ ਸਾਨੂੰ ਮੇਰੀ ਪੀਰੀ ਦਾ ਸਥਾਨ ਦਿੱਤਾ ਅਤੇ ਇਹ ਜਿਹੜੀ ਹੈ ਕਿ ਇਹ ਜਿਹੜੀ ਰਾਜਨੀਤੀ ਆ ਉਹ ਚਾਹੇ ਕੋਈ ਧਾਰਮਿਕ ਬੰਦਾ ਉਹਨੂੰ ਵੀ ਪ੍ਰਭਾਵਿਤ ਕਰਦੀ, ਇਸ ਕਰਕੇ ਹਰੇਕ ਨੂੰ ਰਾਜਨੀਤਿਕ ਤੌਰ 'ਤੇ ਵੀ ਸੋਚਣਾ ਪੈਂਦਾ ਅਤੇ ਧਾਰਮਿਕ ਹੋਣਾ ਤਾਂ ਸਾਡਾ ਗੁਰੂ ਮਹਾਰਾਜ ਨੇ ਕੰਪਲਸਰੀ ਕੀਤਾ ਹੋਇਆ। ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਚੀਜ਼ ਹੈ ਕਿ ਅਸੀਂ ਰਾਜਨੀਤਿਕ ਤੌਰ 'ਤੇ ਵੀ ਸੁਚੇਤ ਹੋਈਏ ਅਤੇ ਅਸੀਂ ਆਪਣੀ ਜੋ ਧਿਰ ਕੋਈ ਐਲਾਨ ਕਰਨ ਜਾ ਰਹੇ ਹਾਂ, ਅਸੀਂ ਉਹਦੇ 'ਤੇ ਕਰ ਰਹੇ ਕੰਮ ਜੀ, ਸ਼ਾਇਦ ਗੁਰੂ ਮਹਾਰਾਜ ਕਿਰਪਾ ਕਰਨ ਛੇਤੀ ਕੋਈ ਚੰਗੀ ਖਬਰ ਆਵੇਗਾ। ਜੋ ਦੇਖੋ 103 ਜਾਂ 4 ਸਾਲ ਤੋਂ ਬਾਅਦ ਅਕਾਲੀ ਦਲ ਦਾ ਸਰੈਂਡਰ ਕਰ ਦੇਣਾ, ਜਦਕਿ ਅਕਾਲੀ ਦਲ ਨੇ ਇੰਨੀਆਂ ਜ਼ਿਆਦੀਆਂ ਲੜਾਈਆਂ ਕੀਤੀਆਂ ਸੀ, ਅਕਾਲੀ ਦਲ ਕਿਤੇ ਹਾਰਿਆ ਨਹੀਂ ਸੀ। ਇਹ ਸਾਲ ਦੋ ਸਾਲ ਜਥੇਦਾਰ ਕਰਤਾਰ ਸਿੰਘ ਚੱਬਰ ਰੀ ਜੇਲ੍ਹਾਂ 'ਚ ਰਹੇ, ਉਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਰੀ ਆਉਂਦੇ ਨੇ ਤਾਂ ਤਕਰੀਬਨ ਜਿਹੜੀ ਲਾਈਫ ਉਹਨਾਂ ਦੀ ਸਟਰਗਲ 'ਚ ਲੰਘਦੀ ਹੈ। 1966 ਤੀਕਰ ਇਹੀ ਕੰਮ ਚੱਲਦਾ, ਅਕਾਲੀ ਦਲ ਨੇ 1975 'ਚ ਵੀ ਭੱਜਿਆ ਨਹੀਂ ਸੀ, ਪਰ ਪਹਿਲੀ ਵਾਰ ਹੋਇਆ ਕਿ ਜਦੋਂ ਅਕਾਲੀ ਦਲ ਨੇ ਸਰੈਂਡਰ ਕਰ ਦਿੱਤਾ। ਇਟ ਮੀਨਸ ਕਿ ਇਸ ਪਾਰਟੀ ਬਹੁਤ ਵਧੀਆ ਸੀ, ਪਰ ਇਹਨਾਂ ਬੰਦਿਆਂ ਨੇ ਪਾਰਟੀ ਦਾ ਬੇੜਾ ਗਰਕ ਕਰਕੇ ਰੱਖਤਾ, ਇਹਨਾਂ ਦੀਆਂ ਨੀਤੀਆਂ ਨੇ ਬੇੜਾ ਗਰਕ ਕਰਕੇ ਰੱਖਤਾ। ਇਹਦਾ ਫਾਇਦਾ ਕਿਹਨੂੰ ਹੋ ਜਾ ਰਿਹਾ? ਇਹ ਜਿਹੜੇ ਆਪਾਂ ਅਕਾਲੀ ਦਲ ਨੇ ਬਾਈਕਾਟ ਕੀਤਾ, ਦੇਖੋ ਜਿਹੜਾ ਇਹਨਾਂ ਦਾ ਬੈਨੀਫਿਟ ਹੈ, ਜਿਵੇਂ ਇਹਨਾਂ ਦੀ ਪੁਰਾਣੀ ਦੋਸਤੀ ਹੈ, ਉਵੇਂ ਤਾਂ ਲੱਗਦਾ ਅੰਦਰ ਖਾ ਅਤੇ ਭਾਜਪਾ ਨੂੰ ਜਾਣਗੇ, ਕਿਉਂਕਿ ਉੱਥੇ ਮਨਪ੍ਰੀਤ ਬਾਦਲ ਦਾ ਖਲੋਣਾ ਤਾਂ ਕਿਤੇ ਨਾ ਕਿਤੇ ਜਾ ਕੇ ਤੈਅ ਕਰਦਾ ਹੈ ਕਿ ਵੋਟ ਦਾ ਇਸ਼ਾਰਾ ਉੱਧਰ ਕਰਨਗੇ। ਪਰ ਬੜੀ ਇੱਕ ਮਾੜੀ ਗੱਲ ਆ, ਪਰ ਅਸੀਂ ਮੈਂ ਚੰਗਾ ਵੀ ਸਮਝਣਾ ਇਹਨੂੰ, ਕਿਉਂਕਿ ਸਾਡਾ ਸ਼ੁਰੂ ਤੋਂ ਲੈ ਕੇ ਇਹੀ ਨਜ਼ਰੀਆ ਇਹਨਾਂ ਦੇ ਪ੍ਰਤੀ ਰਿਹਾ ਹੈ ਕਿ ਇਹ ਐਂਟੀ ਸਟੇਟ ਐਂਟੀ ਕੌਮ ਹੈ, ਅਤੇ ਉਹ ਹਰ ਪੱਧਰ 'ਤੇ ਹਰ ਮੇਰੇ ਦੇਖਿਆ ਜੇ ਕਦਮ ਦੇ ਉੱਪਰ ਇਹ ਆਪਣੇ ਆਪ ਹੀ, ਮੈਂ ਕਹੂੰਗਾ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਸਾਰਾ ਕੁਛ ਹੋ ਰਿਹਾ ਹੈ, ਇਹ ਬੰਦੇ ਡਿਸਕਲੋਜ ਹੋ ਰਹੇ ਨੇ ਪੰਜਾਬ ਦੇ।